ਲੁਧਿਆਣਾ ਤੋਂ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਸਰਕਾਰ ਦੇ ਵੱਲੋਂ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਰਵਨੀਤ ਬਿੱਟੂ। ਦੱਸਦੇ ਕਿ ਮਿਨਿਸਟਰ ਆਫ ਸਟੇਟ ਵਜੋਂ ਸਹੁੰ ਚੁੱਕਣਗੇ। ਲੁਧਿਆਣਾ ਤੋਂ ਇਸ ਵਾਰ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਪਰ ਜਿੱਤ ਨਾ ਸਕੇ। ਪਰ ਜਦੋਂ ਪੰਜਾਬ ਦੇ ਵਿੱਚ ਅਮਿਤ ਸ਼ਾਹ ਆਏ ਸੀ ਤਾਂ ਉਹਨਾਂ ਵੱਲੋਂ ਸਟੇਜ 'ਤੇ ਕਿਹਾ ਗਿਆ ਸੀ ਕਿ ਉਹ ਚੋਣਾਂ ਤੋਂ ਬਾਅਦ ਬਿੱਟੂ ਨਾਲ ਦੋਸਤੀ ਨਿਭਾਉਣਗੇ। ਤਾਂ ਦੱਸਦੇ ਕਿ ਰਵਨੀਤ ਸਿੰਘ ਬਿੱਟੂ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ। ਉਹ ਪੱਤਰ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਮਿਨਿਸਟਰ ਆਫ ਸਟੇਟ ਬਣਾਇਆ ਗਿਆ ਅਤੇ ਉਹ ਸਹੁੰ ਚੁੱਕਣਗੇ। ਤਾਂ ਦੱਸਦੇ ਕਿ ਲੁਧਿਆਣਾ ਤੋਂ ਇਸ ਵਾਰ ਭਾਜਪਾ ਦੀ ਟਿਕਟ ਤੋਂ ਚੋਣ ਲੜੇ ਪਰ ਉੱਥੋਂ ਰਾਜਾ ਵੜਿੰਗ ਦੇ ਵੱਲੋਂ ਬਾਜ਼ੀ ਮਾਰੀ ਗਈ। ਲੋਕ ਸਭਾ ਦੀਆਂ ਚੋਣਾਂ ਤੋਂ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਸੀਨੀਅਰ ਲੀਡਰ ਰਵਨੀਤ ਸਿੰਘ ਬਿੱਟੂ ਹੁਣ ਕੇਂਦਰ ਦੇ ਵਿੱਚ ਅਹਿਮ ਅਹੁਦਾ ਸੰਭਾਲਣਗੇ। ਦਰਅਸਲ ਮੋਦੀ ਕੈਬਨਿਟ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਬੁਲਾਇਆ ਹੈ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਚਾਹ ਦੇ ਲਈ ਸੱਦਾ ਦਿੱਤਾ ਗਿਆ ਹੈ। ਤਾਂ ਰਵਨੀਤ ਬਿੱਟੂ ਭੱਜਦੇ ਹੋਏ ਵੀ ਨਜ਼ਰ ਆਉਂਦੇ ਨੇ। ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ PM ਹਾਊਸ ਤੱਕ ਬਿੱਟੂ ਦੇ ਵੱਲੋਂ ਦੌੜ ਲਗਾਈ ਗਈ, ਭੱਜ ਕੇ ਉੱਥੇ ਪਹੁੰਚੇ ਨੇ। ਤਾਂ ਹੁਣ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ। ਇੱਕ ਪੱਤਰ ਵੀ ਆ ਜਿਹੜਾ ਉਹ ਵੀ ਸਾਹਮਣੇ ਆਇਆ ਹੈ। ਹਾਲਾਂਕਿ ਲੁਧਿਆਣਾ ਦੀ ਜੰਗ ਜਿੱਤ ਨਾ ਸਕੇ, ਕਰਾਰੀ ਹਾਰ ਹੋਈ, ਰਾਜਾ ਵੜਿੰਗ ਉੱਥੋਂ ਜਿੱਤ ਗਏ, ਪਰ ਹੁਣ ਅਮਿਤ ਸ਼ਾਹ ਦੇ ਵੱਲੋਂ ਜੋ ਕਿਹਾ ਗਿਆ ਸੀ ਉਹ ਆਪਣਾ ਵਾਅਦਾ ਪੂਰਾ ਨਿਭਾਉਣਗੇ। ਤਾਂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਆ ਜਿਹੜਾ ਉਹ ਬਣਾਇਆ ਗਿਆ ਹੈ, ਮਿਨਿਸਟਰ ਆਫ ਸਟੇਟ ਵਜੋਂ ਸਹੁੰ ਚੁੱਕਣਗੇ। ਪੰਜਾਬ ਦੇ ਵਿੱਚ ਅਮਿਤ ਸ਼ਾਹ ਆਏ ਸੀ, ਉਹਨਾਂ ਦੇ ਵੱਲੋਂ ਇਹ ਹੁੰਗਾਰਾ ਜਿਹੜਾ ਉਹ ਭਰਿਆ ਗਿਆ ਸੀ। ਤਾਂ ਹੁਣ ਚੋਣ ਹਾਰਨ ਤੋਂ ਬਾਅਦ ਵੀ ਆਖਿਰਕਾਰ ਰਵਨੀਤ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਸੈਂਟਰ ਦੇ ਵਿੱਚ ਦਿੱਤੀ ਗਈ ਹੈ। ਲੁਧਿਆਣਾ ਤੋਂ ਚੋਣ ਹਾਰੇ ਰਵਨੀਤ ਸਿੰਘ ਬਿੱਟੂ ਨੂੰ ਮੋਦੀ ਸਰਕਾਰ ਦੇ ਵੱਲੋਂ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ ਰਵਨੀਤ ਬਿੱਟੂ। ਦੱਸਦੇ ਕਿ ਮਿਨਿਸਟਰ ਆਫ ਸਟੇਟ ਵਜੋਂ ਸਹੁੰ ਚੁੱਕਣਗੇ। ਲੁਧਿਆਣਾ ਤੋਂ ਇਸ ਵਾਰ ਭਾਜਪਾ ਦੀ ਟਿਕਟ ਤੋਂ ਚੋਣ ਲੜੀ ਪਰ ਜਿੱਤ ਨਾ ਸਕੇ। ਪਰ ਜਦੋਂ ਪੰਜਾਬ ਦੇ ਵਿੱਚ ਅਮਿਤ ਸ਼ਾਹ ਆਏ ਸੀ ਤਾਂ ਉਹਨਾਂ ਵੱਲੋਂ ਸਟੇਜ 'ਤੇ ਕਿਹਾ ਗਿਆ ਸੀ ਕਿ ਉਹ ਚੋਣਾਂ ਤੋਂ ਬਾਅਦ ਬਿੱਟੂ ਨਾਲ ਦੋਸਤੀ ਨਿਭਾਉਣਗੇ। ਤਾਂ ਦੱਸਦੇ ਕਿ ਰਵਨੀਤ ਸਿੰਘ ਬਿੱਟੂ ਕੇਂਦਰ ਦੇ ਵਿੱਚ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ। ਉਹ ਪੱਤਰ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਨੂੰ ਮਿਨਿਸਟਰ ਆਫ ਸਟੇਟ ਬਣਾਇਆ ਗਿਆ ਅਤੇ ਉਹ ਸਹੁੰ ਚੁੱਕਣਗੇ। ਤਾਂ ਦੱਸਦੇ ਕਿ ਲੁਧਿਆਣਾ ਤੋਂ ਇਸ ਵਾਰ ਭਾਜਪਾ ਦੀ ਟਿਕਟ ਤੋਂ ਚੋਣ ਲੜੇ ਪਰ ਉੱਥੋਂ ਰਾਜਾ ਵੜਿੰਗ ਦੇ ਵੱਲੋਂ ਬਾਜ਼ੀ ਮਾਰੀ ਗਈ। ਲੋਕ ਸਭਾ ਦੀਆਂ ਚੋਣਾਂ ਤੋਂ ਕਾਂਗਰਸ ਤੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਪੰਜਾਬ ਦੇ ਸੀਨੀਅਰ ਲੀਡਰ ਰਵਨੀਤ ਸਿੰਘ ਬਿੱਟੂ ਹੁਣ ਕੇਂਦਰ ਦੇ ਵਿੱਚ ਅਹਿਮ ਅਹੁਦਾ ਸੰਭਾਲਣਗੇ। ਦਰਅਸਲ ਮੋਦੀ ਕੈਬਨਿਟ ਨੇ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਨੂੰ ਦਿੱਲੀ ਬੁਲਾਇਆ ਹੈ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਚਾਹ ਦੇ ਲਈ ਸੱਦਾ ਦਿੱਤਾ ਗਿਆ ਹੈ। ਤਾਂ ਰਵਨੀਤ ਬਿੱਟੂ ਭੱਜਦੇ ਹੋਏ ਵੀ ਨਜ਼ਰ ਆਉਂਦੇ ਨੇ। ਟ੍ਰੈਫਿਕ ਦੇ ਵਿੱਚ ਕਾਰ ਫਸੀ ਤਾਂ PM ਹਾਊਸ ਤੱਕ ਬਿੱਟੂ ਦੇ ਵੱਲੋਂ ਦੌੜ ਲਗਾਈ ਗਈ, ਭੱਜ ਕੇ ਉੱਥੇ ਪਹੁੰਚੇ ਨੇ। ਤਾਂ ਹੁਣ ਕੇਂਦਰੀ ਰਾਜ ਮੰਤਰੀ ਬਣਨ ਜਾ ਰਹੇ ਨੇ। ਇੱਕ ਪੱਤਰ ਵੀ ਆ ਜਿਹੜਾ ਉਹ ਵੀ ਸਾਹਮਣੇ ਆਇਆ ਹੈ। ਹਾਲਾਂਕਿ ਲੁਧਿਆਣਾ ਦੀ ਜੰਗ ਜਿੱਤ ਨਾ ਸਕੇ, ਕਰਾਰੀ ਹਾਰ ਹੋਈ, ਰਾਜਾ ਵੜਿੰਗ ਉੱਥੋਂ ਜਿੱਤ ਗਏ, ਪਰ ਹੁਣ ਅਮਿਤ ਸ਼ਾਹ ਦੇ ਵੱਲੋਂ ਜੋ ਕਿਹਾ ਗਿਆ ਸੀ ਉਹ ਆਪਣਾ ਵਾਅਦਾ ਪੂਰਾ ਨਿਭਾਉਣਗੇ। ਤਾਂ ਉਹਨਾਂ ਨੂੰ ਕੇਂਦਰੀ ਰਾਜ ਮੰਤਰੀ ਆ ਜਿਹੜਾ ਉਹ ਬਣਾਇਆ ਗਿਆ ਹੈ, ਮਿਨਿਸਟਰ ਆਫ ਸਟੇਟ ਵਜੋਂ ਸਹੁੰ ਚੁੱਕਣਗੇ। ਪੰਜਾਬ ਦੇ ਵਿੱਚ ਅਮਿਤ ਸ਼ਾਹ ਆਏ ਸੀ, ਉਹਨਾਂ ਦੇ ਵੱਲੋਂ ਇਹ ਹੁੰਗਾਰਾ ਜਿਹੜਾ ਉਹ ਭਰਿਆ ਗਿਆ ਸੀ। ਤਾਂ ਹੁਣ
ਚੋਣ ਹਾਰਨ ਤੋਂ ਬਾਅਦ ਵੀ ਆਖਿਰਕਾਰ ਰਵਨੀਤ ਬਿੱਟੂ ਨੂੰ ਵੱਡੀ ਜ਼ਿੰਮੇਵਾਰੀ ਆ ਜਿਹੜੀ ਉਹ ਸੈਂਟਰ ਦੇ ਵਿੱਚ ਦਿੱਤੀ ਗਈ ਹੈ।